ਪਲਕਮੈਂਸ ਆਸ਼ੀਕਾਲ ਤਾਂ ਦੋਸਤੋ ਗੱਲ ਕਰਾਂਗੇ ਪੰਜਾਬੀ ਸਿੰਗਰ ਕਮਲ ਖਾਨ ਦੇ ਬਾਰੇ ਜਿਨ੍ਹਾਂ ਨੂੰ ਅਕਸਰ ਦਰਸ਼ਕਾਂ ਦੇ ਵੱਲੋਂ ਬੇहद ਪਿਆਰ ਦਿੱਤਾ ਜਾਂਦਾ ਹਰ ਵਾਰ ਅਸੀਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇੱਕ ਵਾਰ ਫਿਰ ਤੁਹਾਹਾਦਰ ਹੋ ਚੁੱਕੇ ਹਾਂ ਚੈਨਲ ਪੰਜਾਬੀ ਕਰਾਊਡ ਤੇ ਗੱਲ ਕਰਾਂਗੇ ਪੰਜਾਬੀ ਸਿੰਗਰ ਕਮਲ ਖਾਨ ਦੇ ਬਾਰੇ ਜਿਨ੍ਹਾਂ ਨੂੰ ਅਕਸਰ ਹੀ ਦਰਸ਼ਕਾਂ ਦੇ ਵੱਲੋਂ ਬੇहद ਪਿਆਰ ਦਿੱਤਾ ਜਾਂਦਾ ਉਹਨਾਂ ਦੇ ਹਰ ਗਾਣੇ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾਂਦਾ ਉਹਨਾਂ ਦੀ ਸੁਰੀਲੀ ਅਤੇ ਸੂਫੀਆਨਾ ਆਵਾਜ਼ ਅਕਸਰ ਦਰਸ਼ਕਾਂ ਦੇ ਦਿਲਾਂ ਨੂੰ ਮੋਹ ਲੈਂਦੀ ਹੈ ਸੋ ਹੁਣ ਕਮਲ ਖਾਨ ਦੇ ਵੱਲੋਂ ਆਪਣੇ ਨਵੇਂ ਗੀਤ ਨੂੰ ਰਿਲੀਜ਼ ਕਰ ਦਿੱਤਾ ਗਿਆ ਜਿਸ ਦਾ ਟਾਈਟਲ ਹੈ ਤੇਰਾ ਮੇਰਾ ਮਿਲ ਜਾਣਾ ਤਾਂ ਅਸਲ ਵਿੱਚ ਜੋ ਗੀਤ ਹੈ ਇਹ ਗੀਤ ਸਰਪੰਚੀ ਫਿਲਮ ਦਾ ਹੈ ਜੋ ਕੁਝ ਹੀ ਸਮਾਂ ਪਹਿਲਾਂ ਰਿਲੀਜ਼ ਕੀਤੀ ਗਈ ਸੀ ਤੇ ਦਰਸ਼ਕਾਂ ਦੇ ਵੱਲੋਂ ਇਸ ਨੂੰ ਕਾਫੀ ਜ਼ਿਆਦਾ ਪਿਆਰ ਵੀ ਦਿੱਤਾ ਗਿਆ ਸੀ ਤਾਂ ਇਸ ਦੇ ਵਿੱਚ ਜੋ ਹੈ ਜਸ ਬਾਜਵਾ ਅਤੇ ਇਰਵਨ ਮੀਤ ਦੀ ਜੋੜੀ ਦੇਖਣ ਨੂੰ ਮਿਲੀ ਸੀ ਤੇ ਇਸ ਜੋੜੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਸੋ ਇਹਨਾਂ ਦੋਹਾਂ ਦੀ ਹੀ ਜੋੜੀ ਹੈ ਜਾਨੀ ਕਿ ਜਸ ਬਾਜਵਾ ਤੇ ਇਰਵਨ ਮੀਤ ਦੀ ਜੋੜੀ ਇਸ ਗਾਣੇ ਦੇ ਵਿੱਚ ਵੀ ਫੀਚਰਿੰਗ ਕਰਦੀ ਹੋਈ ਨਜ਼ਰ ਆ ਰਹੀ ਕਿਉਂਕਿ ਇਹ ਫਿਲਮ ਦਾ ਗਾਣਾ ਹੈ ਕਮਲ ਖਾਨ ਦੇ ਵੱਲੋਂ ਇਸ ਗੀਤ ਨੂੰ ਗਾਇਆ ਗਿਆ ਸੋ ਉਹਨਾਂ ਦੀ ਆਵਾਜ਼ ਤਾਂ ਦਰਸ਼ਕਾਂ ਦੇ ਵੱਲੋਂ ਪਸੰਦ ਕੀਤੀ ਹੀ ਜਾ ਰਹੀ ਹੈ ਨਾਲ ਹੀ ਨਾਲ ਜਸ ਬਾਜਵਾ ਨੂੰ ਵੀ ਇਸ ਗੀਤ ਦੇ ਵਿੱਚ ਕਾਫੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਇਸ ਗੀਤ ਦੀ ਅਗਰ ਲਿਰਿਕਸ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਲਿਖਿਆ ਗਿਆ ਵਰੀ ਰਾਏ ਦੇ ਵੱਲੋਂ ਕੀਤਾ ਗਿਆ ਗੁਰਪ੍ਰੀਤ ਸਿੰਘ ਪਲੇਡੀ ਦੇ ਵੱਲੋਂ ਤੇ ਮਿਊਜ਼ਿਕ ਦਿੱਤਾ ਗਿਆ ਮੰਨਾ ਸਿੰਘ ਦੇ ਵੱਲੋਂ ਤਾਂ ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਅਗਰ ਹੁਣ ਤੁਸੀਂ ਇਹ ਗੀਤ ਸੁਣ ਚੁੱਕੇ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਇਹ ਗੀਤ ਕਿਸ ਤਰੀਕੇ ਦਾ ਲੱਗਿਆ ਅਗਰ ਤੁਸੀਂ ਅਜੇ ਤੱਕ ਨਹੀਂ ਸੁਣਿਆ ਤਾਂ ਸਪੀਡ ਡ੍ਰੈਕਰ YouTube ਚੈਨਲ ਤੇ ਜਾ ਕੇ ਤੁਸੀਂ ਇਸ ਨੂੰ ਸੁਣ ਸਕਦੇ ਹੋ ਉਸ ਤੋਂ ਬਾਅਦ ਆਪਣੇ ਸੁਝਾਅ ਪੇਸ਼ ਕਰ ਸਕਦੇ ਹੋ ਕਿ ਤੁਹਾਨੂੰ ਇਹ ਗੀਤ ਕਿਸ ਤਰੀਕੇ ਦਾ ਲੱਗਿਆ ਲਿਰਿਕਸ ਕਿਸ ਤਰੀਕੇ ਦੇ ਲੱਗੇ ਸੋ ਹਾਲੀ ਦੇ ਵਿੱਚ ਅੱਜ ਬਸ ਕੁਝ ਹੀ ਸਮਾਂ ਪਹਿਲਾਂ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਕਮਲ ਖਾਨ ਦੇ ਹਰ ਇੱਕ ਗਾਣੇ ਦਾ ਦਰਸ਼ਕਾਂ ਦੇ ਵੱਲੋਂ ਅਕਸਰ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ ਪਹਿਲਾਂ ਵੀ ਉਹਨਾਂ ਦੇ ਵੱਲੋਂ ਜਿੰਨੇ ਗੀਤ ਗਾਏ ਗਏ ਆ ਹਰ ਇੱਕ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਨਜ਼ਰ ਆਉਂਦਾ ਹੈ ਉਹਨਾਂ ਦੇ ਗੀਤਾਂ ਦੇ ਵਿੱਚ ਰੋਮਾਂਸ ਵੀ ਦੇਖਣ ਨੂੰ ਮਿਲਦਾ ਭਾਵੁਕ ਕਰ ਦੇਣ ਵਾਲੇ ਗੀਤ ਵੀ ਹੁੰਦੇ ਆ ਸੋ ਹਰ ਇੱਕ ਤਰੀਕੇ ਦਾ ਗੀਤ ਹੁਣ ਤੱਕ ਜੋ ਹੈ ਕਮਲ ਖਾਨ ਦੇ ਵੱਲੋਂ ਗਾਇਆ ਗਿਆ ਤੇ ਹਰ ਇੱਕ ਹੀ ਤਰ੍ਹਾਂ ਦੇ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਜੋ ਹੈ ਪਹਿਲ ਦਿੱਤੀ ਗਈ ਆ ਪਿਆਰ ਦਿੱਤਾ ਗਿਆ ਅਤੇ ਉਹਨਾਂ ਦੇ ਹਰ ਇੱਕ ਗੀਤ ਦਾ ਇੰਤਜ਼ਾਰ ਕੀਤਾ ਗਿਆ ਤੇ ਇਸੇ ਦੇ ਦੇ ਕਮਲ ਖਾਨ ਦਾ ਨਵਾਂ ਗੀਤ ਤੇਰਾ ਮੇਰਾ ਮਿਲ ਜਾਣਾ ਵੀ ਰਿਲੀਜ਼ ਹੋ ਚੁੱਕਿਆ ਜੋ ਕਿ ਇੱਕ ਰੋਮਾਂਟਿਕ ਗੀਤ ਹੈ ਫਿਲਮ ਦਾ ਗੀਤ ਹੈ ਫਿਲਮ ਸਰਪੰਚੀ ਦੇ ਵਿੱਚ ਇਸ ਨੂੰ ਸੁਨਿਆ ਗਿਆ ਸੀ ਉਸ ਤੋਂ ਬਾਅਦ ਹੁਣ ਇਸ ਨੂੰ ਸੋਸ਼ਲ ਮੀਡੀਆ ਤੇ ਵੀ ਰਿਲੀਜ਼ ਕਰ ਦਿੱਤਾ ਗਿਆ ਫਿਲਮ ਦੇ ਸਾਰੇ ਗਾਣੇ ਇੱਕ ਕਰਕੇ ਸੋਸ਼ਲ ਮੀਡੀਆ ਤੇ ਰਿਲੀਜ਼ ਹੁੰਦੇ ਨਜ਼ਰ ਆ ਰਹੇ ਹੈ ਸੋ ਹੁਣ ਇਸ ਗੀਤ ਨੂੰ ਵੀ ਸੋਸ਼ਲ ਮੀਡੀਆ ਤੇ ਰਿਲੀਜ਼ ਕਰ ਦਿੱਤਾ ਗਿਆ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਆ ਸਪੀਡ ਡ੍ਰੈਕਰ ਚੈਨਲ ਤੇ ਇਸ ਨੂੰ ਰਿਲੀਜ਼ ਕੀਤਾ ਗਿਆ ਤੁਸੀਂ ਉੱਥੇ ਜਾ ਕੇ ਇਸ ਗੀਤ ਨੂੰ ਸੁਣ ਸਕਦੇ ਹੋ ਬਹੁਤ ਹੀ ਪਿਆਰਾ ਗੀਤ ਹੈ ਜਿਸ ਨੂੰ ਕਮਲ ਖਾਨ ਦੇ ਵੱਲੋਂ ਗਾਇਆ ਗਿਆ ਕੰਪੂ ਕੋਜ਼ ਕੀਤਾ ਗਿਆ ਮੰਨਾ ਸਿੰਘ ਦੇ ਵੱਲੋਂ ਲਿਰਿਕਸ ਲਿਖੇ ਗਏ ਹੈ ਵਰੀ ਰਾਏ ਦੇ ਵੱਲੋਂ ਤੇ ਡਾਇਰੈਕਟ ਕੀਤਾ ਗਿਆ ਗੁਰਪ੍ਰੀਤ ਸਿੰਘ ਪੱਲੇੜੀ ਦੇ ਵੱਲੋਂ